ಜಿ ಕ್ಯಾಬಿನೆಟ್ ಮಂತ್ರಿ ਜੇ ਡੈਮੋਕਰੇਟਿਕ ਤਰੀਕੇ ਨਾਲ ਫੈਸਲਾ ਕਰ ਲਾਂਗੇ, ਜੇ ਸਾਡੀਆਂ ਲਿਸਟਾਂ ਵੱਧ ਹੋਈਆਂ ਅਸੀਂ ਤੁਹਾਡੀ ਵਾਲੀ ਤਨਖਾਹ ਤੇ ਆ ਜਾਂਗੇ, ਜੇ ਤੁਹਾਡੀਆਂ ਲਿਸਟਾਂ ਵੱਧ ਹੋਈਆਂ ਤਾਂ ਤੁਸੀਂ ਸਾਡੇ ਵਾਲੀ ਤਨਖਾਹ ਕਰ ਦਿਓ। ਫਿਜ਼ੀਕਲ ਕੱਟ ਦੱਸ ਰਿਹਾ ਜੀ, ਮੈਡਮਾਂ ਨਾਲ ਗੱਲ ਕਰੋ। ਦੇਖੋ ਜੀ, ਗੱਲ ਇਹ ਹੈ ਸਰ, ਸਰ ਪੁਲਿਸ ਇਜ਼ ਫੋਰ ਲਾਅ ਐਂਡ ਆਰਡਰ। ਸਾਡਾ ਜਿਹੜਾ ਕੰਮ ਹੈ, ਜਿਹੜੀਆਂ ਤੁਹਾਡੀ ਮੰਗ ਹੈ ਉਹ ਮੰਗ ਪੱਤਰ ਦੇ ਥਰੂ, ਕਿਉਂਕਿ ਮੈਡਮ ਤਾਂ ਹੈ ਨਹੀਂ ਇੱਥੇ, ਉਹਦੇ ਵਿੱਚ ਐਸ ਐਸ ਏ ਰਮਸਾ ਅਧਿਆਪਕ ਜਿਨ੍ਹਾਂ ਦਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਵੀ ਇਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਸੀ ਪਹਿਲਾਂ 45,000, ਇਹਨਾਂ ਨੇ ਪਿਛਲੀ ਸਰਕਾਰ ਸਮੇਂ ਆਪਣੇ ਸੰਘਰਸ਼ ਦੇ ਨਾਲ ਇੱਥੇ ਤੱਕ ਪਹੁੰਚੇ ਸੀ ਇਹ, ਅਤੇ ਹੁਣ ਕੀ ਕਰ ਰਹੇ ਨੇ, 45,000 ਤੋਂ ਮੁੜ ਕੇ 15,000 ਤਨਖਾਹ ਕਰ ਰਹੇ ਨੇ, ਅਤੇ ਤੁਹਾਨੂੰ ਰੈਗੂਲਰ ਕਰ ਰਹੇ ਹਾਂ, 3 ਸਾਲ ਦਾ ਫਿਰ ਕੰਟੈਕਟ ਕਰ ਰਹੇ ਨੇ। ਇਹ ਕਿਹੜਾ ਰੈਗੂਲਾਈਜੇਸ਼ਨ ਹੈ ਕਿ ਜਿਹੜੇ ਪਤੀ ਪਤਨੀ ਦੋ ਜਾਣੇ ਸਰਵਿਸ ਦੇ ਵਿੱਚ ਨੇ ਉਹਨਾਂ 60,000 ਰੁਪਇਆ ਉੱਠ ਗਿਆ, ਉਹਦੇ ਬੱਚਿਆਂ ਨੂੰ ਕਿੰਨੇ ਪੜ੍ਹਾਉਣਗੇ, ਆਪਣੀਆਂ ਉਹ ਜਿਹੜਾ ਲੋਨ ਚੜਿਆ ਹੋਇਆ ਉਹਨਾਂ ਦਾ ਉਹ ਕਿੰਨੇ ਲਾਉਣਗੇ, ਅਗਲੇ ਦਾ ਅਰੇਂਜਮੈਂਟ ਕੀਤਾ ਹੁੰਦਾ, ਕੋਠੀਆਂ ਬਣਾਉਣੀਆਂ ਨੇ, ਆਪਣਾ ਉਹ ਜਿਹਾ ਸਹੂਲਤਾਂ ਰੱਖੀਆਂ ਹੁੰਦੀਆਂ ਨੇ। ਅਸੀਂ ਮੈਡਮ ਰਜੀਆ ਸੁਲਤਾਨਾ ਜੀ ਦੇ ਗੇਟ ਦੇ ਅੱਗੇ ਸਮਾਪਤੀ ਕਰਨੀ ਆ, ਅਸੀਂ ਉਹਨਾਂ ਨੂੰ ਬੇਨਤੀ ਕਰਨ ਆਇਆ ਕਿ ਜਿਹੜੀ ਪਵਿੱਤਰ ਧਰਤੀ ਹੈ ਮਲੇਰ ਕੋਲੇ ਦੀ, ਇਹ ਹਾਰਾ ਨਾਰਾ ਮਾਣ ਦੇ ਲਈ ਮਸ਼ਹੂਰ ਹੈ, ਅਤੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਉਹ ਹਾਰਾ ਨਾਰਾ ਮਾਣ ਕੈਬਨਿਟ ਦੇ ਵਿੱਚ ਜਾ ਕੇ, ਉਹ ਵੀ ਕੈਬਨਿਟ ਦੇ ਵਿੱਚ ਉਹਨਾਂ ਨੇ ਪਾਸ ਕੀਤਾ, ਇਹ ਪਵਿੱਤਰ ਧਰਤੀ ਨੂੰ ਕਲੰਕਿਤ ਨਾ ਕਰਨ, ਉਹ ਵੀ ਕਿਤਨਾ ਕਰਕੇ ਜਾ ਮੈਡਮ ਨੂੰ ਮੰਗ ਪੱਤਰ ਵੀ ਦੇਣਾ। ਨਹੀਂ, ਮੰਗ ਪੱਤਰ ਕੋਈ ਦੇਣਾ, ਮੰਗ ਪੱਤਰ ਪਹਿਲਾਂ ਬਹੁਤ ਵਾਰ ਦੇ ਚੁੱਕੇ ਹਾਂ। ਮੰਗ ਸਾਡੀ ਇੱਕੋ ਹੀ ਆ ਵੀ ਸਾਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕੀਤਾ ਜਾਵੇ।